ਕਹਿੰਦੇ ਕਮਰ ਲਾਇਆ ਸਰ, ਨਹੀਂ ਹੋਈ ਆ 2 ਦਿਨ ਇਹ ਫਟੀਆਂ ਮਾਰ ਲਈਆਂ, ਮਤਲਬ ਇਸੇ ਕਿੱਲਿਆ ਨਹੀਂ ਸਰ ਲਾਈ ਹੈ, ਕੰਮ ਨਹੀਂ ਕੋ ਕੀਤਾ ਇਹਨਾਂ ਨੇ, ਇਹ ਕਲਾਸ ਇਹਨਾਂ ਪੁੱਛਿਆ ਤੇ ਚੱਕਰ ਗਿਆ ਸਰ। ਓਕੇ ਮਸਲਾ ਉਸ ਕਦੀ ਲਗਾ ਮੈਂ ਸਟਾਰਟ ਕਰਨ ਸੰਗ ਤੂੰ ਕੁਛ ਨਾ ਲਾਣਾ ਇਧਰ ਉਧਰ ਮੇਰਾ ਗੱਲ ਸੁਣ, ਕੰਮ ਮੇਰਾ ਖਤਮ ਕਰ ਦੇ ਫਿਰ ਕਿਤੇ ਹੋ ਜਾਇਆ ਮੈਂ ਤੂੰ ਕੰਮ ਨਹੀਂ ਸਾਰਾ ਜਾਣ ਕਿਤੇ ਹੋਰ ਪੈਸਾ ਕੱਟਣ ਸੇ ਪੈਸੇ ਨਾ ਦੇਣ, ਠੀਕ ਹੈ ਜਲਦੀ ਕੰਮ ਕਰੋ ਤੁਸੀਂ। 4 ਦਿਨ ਹੋ ਗਏ ਇੱਥੋਂ ਕੰਮ ਹੀ ਨਹੀਂ ਕੀਤਾ ਨਾ ਕੋਈ ਮਾਇਆ ਨੇ, ਇਹ ਚਲੇ ਕਿਤੇ ਬਾਕੀ ਦਿਮਾਗ ਚਲ ਨਾ ਦਿਮਾਗ ਕਿਤੇ ਰਾਤੀ ਤੱਕ ਬਸ ਲਾ ਬਸ ਲਾ ਮਿਸਤਰੀ ਨੇ ਖੋਬੀ ਹੋ ਗਈ ਤੁਸੀਂ ਕਿੱਦਾਂ ਟੱਕਣ ਆ ਆਪ ਆਪ ਕੰਮ ਕਰਿਆ ਨਾ ਤੁਸੀਂ ਮੈਂ ਲੈਣਾ ਜਾ ਤੁਸੀਂ ਮਿਸਤਰੀ ਲੈਣਾ ਉਹ ਮਿਸਤਰੀ ਨੇ ਖੋਬੀ ਹੋ ਗਈ ਆ ਉਹ ਚਾਹ ਕੇ ਥੋੜੇ ਦਿਨ ਨੇ ਜਿਹੜਾ ਸਮਾਰ ਕਰਨਾ ਵੇ ਕਿਤੇ ਬਸ ਰੇ ਕਰਨਾ ਵੇ ਓਏ ਤਾਂ ਜੱਸੀ ਕੀ ਕਰ ਕਿਤੇ ਬਸ ਰੇ ਕਰਨਾ ਲਾਣਾ ਓਏ ਮਿਸਤਰੀ ਨੇ ਖੋਬੀ ਹੋ ਗਈ ਨਾ ਜਿੱਥੋਂ ਕੇ ਰੋਸੇ ਸੀ ਜਨੇ ਦੁਰਗਨ ਮੈਂ ਟੱਕਣਾ ਆ ਨਹੀਂ ਨਾ ਤੁਸੀਂ ਕਹੋ ਵੀ ਬੜੇ ਮਿਸਤਰੀ ਆਪ ਜਿਹੜਾ ਮਾਰੇ ਉਹ ਤੁਸੀਂ ਉਹ ਬਸ ਹਾਂ ਇਹ ਦੋਨ ਚ ਨਫਾ ਕਿਨਾ ਵੇ ਰੱਖੇ ਕਰਾ ਤਾਂ ਸਾਹੀ ਉੱਤੇ ਨਹੀਂ ਕਰਨਾ ਦੋਨ ਚ ਨਫਾ ਗਿਆ ਨਾ ਹਾਂ ਦੋਨ ਚ ਨਫਾ ਗਿਆ ਅਸਾਂ ਬਟਾਂ ਵਿੱਚ ਬਟਾਂ ਗਿਆ ਸੱਚੀ ਖਾਸ ਤੁਮ ਪਹਿਲੇ ਬਾਦ ਇਸ ਤੇ ਮੈਂ ਪਹਿਲੇ ਐਸਾ ਕੰਮ ਜਿਹੜਾ ਕਰਨਾ ਸਾਫ ਸੁਥਰਾ ਕਰਨਾ, ਠੀਕ ਹੈ ਜਿੱਥੇ ਪਹਿਲੇ ਐਸਾ ਕੰਮ ਕਰਨਾ ਸਾਫ ਸੁਥਰਾ ਕਰਨਾ, ਨਹੀਂ ਤਾਂ ਇਹਦਾ ਕੰਮ ਇਹ ਡਿਗਾ ਤੇਰਾ ਕੰਮ ਦਰਾਂ ਵਿੱਚ ਸਮਝਣੀ ਆ ਉਹ ਤਾਂ ਦੋਨ ਚ ਸਾਹ ਨੇ ਭਾਈ ਕਰਨੀ ਦੋਨ ਚ ਛੁੱਟੀ ਕਰਨੀ ਆ ਤੁਸੀਂ ਕਹਾ ਹੈ ਸੱਚੀ ਕੋਈ ਨਹੀਂ ਆਇਆ ਮੈਂ ਤੇ ਐਸਾ ਸਹੀ ਕੰਮ ਕਰਨਾ ਸੁਥਰਾ ਕੰਮ ਕਰਨਾ ਕੋਈ ਕਿਸੇ ਵੀ ਨਹੀਂ ਚਾਹੀਦੀ, ਠੀਕ ਹੈ ਉਹ ਸਿੱਧੀ ਕਹਾ ਕਰ ਮਾਰੀ ਮਾਰੀ ਕਰ ਤੁਸੀਂ ਨਹੀਂ ਚਾਹੀਦਾ ਦੋਨ ਕਰਨਾ ਸਿੱਧਾ ਬੰਦ ਕਰਨਾ ਸੀ ਤੁਹਾਨੂੰ ਕੱਟਣਾ ਸੀ ਇਹਨਾਂ ਮੀਟ ਬੇਗਾ ਨਹੀਂ ਆ ਮੈਂ ਤਾਂ ਪੈਸੇ ਦਿੱਤੇ ਸਨ ਮਤੇ ਕੌਣ ਸਿਗਰਾ ਕਰਨਾ ਸਰ ਅਬ ਤੂੰ ਅਗਰ ਕੌਣ ਕਿਸੇ ਛੇੜਿਆ ਤਾਂ ਰੋ ਐ ਇਤਨਾ ਮਾਮੂਲੀ ਆਪਰ ਕਹਿਣਾ ਦੀਆ ਉਹ ਕੀ ਪਾਸਵਰਡ ਦਾ ਇਹ ਜਿਹੜਾ ਮੈਂ ਕੰਮ ਲੈਣਾ ਸੇ ਸੁਧਰਾ ਦੇ ਬਹੁਤ ਦੇ ਠੀਕ ਹੈ ਨਾ ਚਲੇ ਕੰਮ ਪੂਰਾ ਖਤਮ ਹੋਣਾ ਚਾਹੀਦਾ, ਠੀਕ ਹੈ ਬਾਕੀ ਦੇ ਆਪਣਾ ਖਰਚ ਚੜਾਵਾ ਉਹ ਤੁਹਾਡੀ ਏਟ ਕੋਸ, ਠੀਕ ਹੈ ਨਾ ਲੱਗਾ ਰੱਖੋ ਮੇਰੇ ਪਾਸ ਕਲਾਸ ਨਹੀਂ ਕਰਨੇ ਪਈ ਬਾਕੀ ਹੁਣ ਜੇ ਨਾ ਅਗਰ ਪਿਛੇ ਬਾਹਰ ਚ ਕੰਮ ਸਿੰਗਲ ਲੈਣਾ ਮੈਂ ਹੋਰ ਬੰਦਾ ਅਸੀਂ 10 ਮਿੰਟ ਅਸੀਂ ਕੋਈ ਬਿਲਾ ਲਾਈ ਦੇ ਜਾਂ ਕੋਈ ਬਣਾਈ ਦੇ ਉਹ ਤਾਂ ਕੋਈ ਜਾਣਾ, ਠੀਕ ਹੈ ਉਹ ਲੱਗਣਾ ਚੱਲ ਫਿਰ ਕੰਮ ਕਰ ਸਟਾਰਟ ਮਾਤਾ ਤੇ ਮਾੜਾ ਬੜਾ ਤੇਜ਼ ਹੁੰਦਾ ਹੈ ਆਹਨਾ 2 ਇੰਚੀਆਂ ਦਾ 3 ਇੰਚੀਆਂ ਫਰਕ ਕਰਨ ਵਾਲਾ ਹੈ ਕਰਨੇ ਵਿਸ਼ੇ ਨੂੰ ਬੰਦਵਾਸ ਨਹੀਂ ਰਮੀ ਬਾਰ ਬਾਰ ਨਹੀਂ ਤਿਆਰ ਵੀ ਤਾਂ ਬਣੀ ਆ ਹੁਣ ਤਰ੍ਹਾਂ ਕਿਵੇਂ ਸੀ ਕਹਿੰਦੇ ਚੱਲਣਾ ਰਵਾਂ ਤੇ ਮਾੜੀ ਤਿਆਰੀ ਸਭੇ ਸੀ ਬਾਰ ਬਾਰ ਇੱਥੇ ਪਹੁੰਚਣਾ ਹੈ ਵੀ ਦੇਖਣਾ ਹੈ ਆਪਣੇ ਤਿਆਰ ਦਾ ਬਣੀ ਆਪਣੀ ਵੀ ਬੜਾ ਸ਼ਾਪੀ ਆਪਣੇ ਆਪ ਸਮਝਣਾ ਦੇਖਾਂ ਕੋਈ ਨਹੀਂ ਆ ਗਿਆ ਕਿ ਨਹੀਂ ਜੇ ਬਤਾਨਾ ਸ਼ੱਕ ਤਾਂ ਕੋਈ ਪਿਆ ਨਾ ਕਿ ਤਾਂ ਰੱਜਿਆ ਤਾਂ ਵੀ ਕੋੜੀ ਕਿ ਨਾ ਪਰ ਕੋਈ ਫੋਨ ਲਾਇਦਾ ਪਿਆ ਨਾ ਹੈਲੋ ਤੇਰੀ ਨਾ ਵੀ ਇੰਨੀ ਕੋਈ ਸ਼ੱਕ ਥੋੜਾ ਯਾਰ ਵਾਈ ਪੀ ਬਾਰੀ ਜਾਈ ਤਾਂ ਗੱਲ ਕਰਨਾ ਚਲਾ ਰਾ ਨਾ ਯਾਰ ਕਿ ਦੱਸੀ ਦੂਰ ਮਿਸਟੇਕ ਲਾ ਫੋਨ ਗਿਰੇ ਹੈਲੋ ਲਾਰਾ ਚਾਈਨੀ ਸਨ ਹੈ ਮਾੜੇ ਕੋਲ ਆਇਆ ਨਾਲ ਕਾਫੀ ਸਾਰੀਆਂ ਕਿੰਨੀ ਇੱਕ ਚਾਈਨੀ ਆਹਾਂ ਆ ਲਾ ਫਿਰ ਆ ਜਲਦੀ ਜਲਦੀ ਕਰ ਜਲਦੀ ਕਰ ਮੈਂ ਕੋਈ ਆ ਪੋੜੀ ਨਹੀਂ ਸੀ ਆ ਕੋਈ ਇਹ ਕੋਲ ਛਪਾਈ ਦਾ ਵੇਚਣਾ ਤੋ ਆ ਆ ਰਾ ਮੇ ਲੱਕੜੀਆਂ ਆਣੀਆਂ ਨਹੀਂ ਥੱਕੀਆਂ ਨੂੰ ਸਮਝ ਨਹੀਂ ਚੱਲੀ ਲੱਕੜ ਜਾਣੀ ਉਹਦਾ ਮੀਂਹ ਲੱਗਣਾ ਇਹ ਗੜਬੜ ਹੈ ਅੱਜ ਮੈਂ ਨਾ ਛੱਪੇ ਛੱਪੇ ਤਪਸਾਂ ਹੈ ਜਾਣੀਆਂ ਕਿਤੇ ਨਾ ਲੱਕੜੀਆਂ ਨਾ ਰੰਗੇ ਹੱਥ ਪੋੜਸਾਂ ਨਹੀਂ ਦੇ ਐਸਾ ਛੱਪਸਾਂ ਮੈਂ ਚੱਲ ਰਿਹਾ ਇੱਥੇ ਛੱਪੀ ਜਾਣਾ ਹੈ ਨਹੀਂ ਤੱਕਣਾ ਤਮਾਸ਼ਾ ਹੀ ਨਹੀਂ ਇੰਨਾ ਮੈਂ ਟਾਈਮ ਹੋਇਆ ਨਾ ਹੁਣ ਵੀ ਬੰਦੇ ਕੁਛ ਆਇਆ ਸੀ ਕਿ ਫਲਾਉਣੇ ਟਾਈਮ ਨਾਲੇ ਲੱਕੜੀਆਂ ਜਿਹੜੀਆਂ ਬੰਦਾ ਵੇਚਣਾ ਅੰਦਰੋਂ ਬਾਹਰ ਉਹ ਇੱਕ ਬੜੇ ਨੇ ਨਹੀਂ ਆਉਣਾ ਜਿਹੜਾ ਨਿੱਕਾ ਗਿਆ ਮਿਸਤਰੀ ਹੈ ਉਸ ਨਹੀਂ ਆਉਣਾ ਸਲਾਹ ਮਿਸਤਰੀ ਆਈ ਉਸ ਨੂੰ ਨਿੱਕੇ ਪੋਣਾ ਉਸ ਤੋਂ ਬਾਅਦ ਮਿਸਤਰੀ ਦਾ ਗੱਲ ਕਰਨੀ ਨਿੱਕਾ ਇੱਥੇ ਹੈ ਲੱਗਦੀਆਂ ਸਾ ਕਿਤਾ ਫੋਨ ਅੱਧੇ ਰੇਟ ਆ ਲੱਗਣੇ ਨੂੰ ਕੁਝ ਛੋੜਨਾ ਯਾਰ ਉਹ ਆਇਆ ਨਾ ਉਹ ਬੜਾ ਮਿਸਤਰੀ ਪਰ ਅਗਲਾ ਤਾਂ ਫਿਰ ਮੈਂ ਆਇਆ ਨਾ ਮੈਂ ਹੋਰ ਜਾਇ ਰੱਖ ਦੇ ਤੇ ਗੱਲ ਮਾੜੀ ਇਸ ਟਾਈਮ ਮੈਂ ਪਸੀਨਾ ਪਸੀਨਾ ਹੋਇਆ ਨਾ ਮੇਰੀ ਕੋਈ ਐਂਡਾ ਲੈ ਨਾ ਕੁਛ ਆ ਉਹ ਵੀ ਦੇ ਨਾ ਕੋਈ ਆ ਪੋੜੀ ਕੀ ਕੋਈ ਆ ਕੋਈ ਇਹ ਛੱਪ ਪਿਆ ਨਹੀਂ ਪਤਾ ਸਭ ਦੇ ਰਹੇ ਨੇ ਨਹੀਂ ਨਹੀਂ ਜਦ ਮੈਂ ਕੋਈ ਕੰਮ ਕਰ 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 ਜਾ ਰੋ
ਜਾਰਾ ਉਪਰਾ ਬੰਦਾ ਕੋ ਅੰਦਰ ਬੜਿਆ ਮੀ ਲਗਣਾ ਹੀ ਆ ਕੁਛ ਬੰਦਾ ਮਾਲ ਵੇਚਣਾ ਲਾ ਨਾ ਜੋ ਇਹਨੇ ਮੈਂ ਹਾਂ ਜਨਾਬ ਜੀ ਇੱਕ ਮਿੰਟ ਅੰਦਰ ਜਿਹੜਾ ਸਾਡੇ ਦਾ ਕੰਮ ਬਹੁਤ ਜ਼ਰੂਰੀ ਕੰਮ ਸਰ ਜੀ ਇਹ ਲੱਕੜੀਆਂ ਮੈਂ ਧਰੋ ਨਾ ਯਾਰ ਮੈਂ ਖੇਡੀਆਂ ਨਹੀਂ ਮੈਂ ਕੀ ਕਰਾਂ ਚਲ ਧਰੋ ਲੱਕੜੀਆਂ ਅੱਛਾ ਹੁਣ ਤੈਨੂੰ ਦੱਸ ਨਹੀਂ ਸਕਦਾ ਸਾ ਕਿ ਮਾੜੀ ਲੱਕੜੀਆਂ ਜਮੀਆਂ ਗੁਜ਼ਰਨ ਲੱਕੜੀਆਂ ਮਾੜੀਆਂ ਮੈਂ ਦੁਕਾਨਾਂ ਕੰਮ ਲੈ ਆਉਣਾ ਚੰਗਾ ਭਲਾ ਇਹ ਤੂੰ ਚੰਗਾ ਭਲਾ ਦਿਸਦਾ ਸਾ ਨਾ ਬੰਦਾ ਚੰਗਾ ਭਲਾ ਦਿਸਦਾ ਸਾ ਕਿ ਥੱਕਾ ਲੱਗਣਾ ਬਾਹਰ ਯਾਰ ਬੰਦਾ ਕੋ ਜ਼ਿਆਦਾ ਹੀ ਬ੍ਰੋਕਰ ਤੇਰੇ ਨਾਲ ਵੀ ਲੈਣਾ ਨਾ ਬੰਦ ਕਰਾ ਬੰਦਾ ਤੇਰੇ ਨਾਲ ਮਿਲਿਆ ਤੂੰ ਭੇਜਿਆ ਮੇਰੇ ਲੱਗਣਾ ਤੂੰ ਭੇਜਿਆ ਸੀ ਕਮਰਾ ਬੰਦਾ ਤੂੰ ਭੇਜਿਆ ਇਸ ਕਮਰੇ ਪਰ ਇੱਥੋਂ ਮਾਲ ਕਦੇ ਤੂੰ ਵੇਚਣਾ ਲੈਣਾ ਠੀਕ ਹੈ ਇਹ ਬੰਦਾ ਕੱਢੋ ਪੈਸੇ ਘੱਟ ਜਲਦੀ ਕਰ ਪੈਸੇ ਤੇ ਜਲਦੀ ਕਰ ਤੂੰ ਪੈਸੇ ਘੱਟ ਉਹਦੇ ਪੈਸੇ ਦੇਣਾ ਹੀ ਆ ਫਿਰ ਮੈਂ ਕੋਈ ਨਾ ਪੈਸੇ ਨਹੀਂ ਸਾਨੂੰ ਦਿੱਤੇ ਤੇ ਇਹੋ ਵੇ ਪੈਸੇ ਕੋ ਦੁਆਇਆ ਮਾਰ ਕੇ ਪੈਸੇ ਨਾ ਰਿਆ ਮਦਾ ਉਹਰੇ ਘਰ ਪੈਸੇ ਉਹਰੇ ਘਰ ਮੈਂ ਕੀ ਆਹਣਾ ਲਵਾ ਉਹ ਆ ਉਹ ਪੈਸੇ ਪੂਰੇ ਨਹੀਂ ਰਹਿ ਅੰਦਰ ਸਾਰੇ ਆ ਜਾ ਮੈਂ ਖਾ ਪੈਸੇ ਸਰ ਪੈਸੇ ਬੜਾ ਆ ਆ ਪੈਸੇ ਗੱਡੀ ਦੇ ਲਈ ਇਸ ਦਾ ਮਤਲਬ ਹੈ ਤੂੰ ਸਾਰੀਆਂ ਮਾੜੀ ਲੱਕੜੀ ਵਿੱਚ ਦੇ ਤੂੰ ਇਤਨੇ ਪੈਸੇ ਕਮਾਏ ਨੇ ਠੀਕ ਹੈ ਆਏ ਮਾੜੇ ਪੈਸੇ ਪੁਰਾਣੇ ਦਾਜੇ ਨਾ ਗੱਡੀ ਪਾਈ ਦੇ ਕਰਾਉਣਾ ਤੂੰ ਬਸ ਤੁਹਾਡੇ ਕੇ ਅਸਲ ਤੁਹਾਡੇ ਕੇ ਸਲੋ ਕਰਾਂ ਚੋਰੀ ਨੂੰ ਮਾਲ ਜਿਹੜਾ ਖਰੀਦਣਾ ਜਿਹੜਾ ਬੜਾ ਪਾਪ ਹੈ ਐਕਸਟਰਾ ਕੀ ਚਾਹੀਦੀ ਹੈ ਪਤਾ ਹੈ ਕਿ ਚੋਰੀ ਨੂੰ ਮਾਲ ਜਿਹੜਾ ਖਰੀਦਣਾ ਜਿਹੜਾ ਚੋਰੀ ਕਰਨਾ ਮਤਲਬ ਨਹੀਂ ਹੁਣ ਪਤਾ ਚੱਲੇ ਚੋਰੀ ਨੂੰ ਮਾਲ ਹੈ ਹੁਣ ਇੱਕ ਮਿੰਟ ਤੋਂ ਆ ਇੱਕ ਮਿੰਟ ਥੋੜ੍ਹਾ ਦਿਖਾ ਤੂੰ ਤੂੰ ਦੱਸ ਮੈਂ ਕਿਆ ਦੱਸਾਂ ਤੂੰ ਕਿਸ ਤਰ੍ਹਾਂ ਮੁਕਸਿਆ ਮੋਬਾਈਲ ਕੱਢ ਮੋਬਾਈਲ ਆਪਣਾ ਮੋਬਾਈਲ ਦੇਣਾ ਕੱਢ ਮੋਬਾਈਲ
ਕਿੰਨਾ ਮੋਬਾਈਲ ਹੈ? 20,000 ਨਾ ਜਾ ਜਿਹੜੀ ਲੱਕੜੀ ਮਾਰੀ ਖੜੀ ਹੈ ਨਾ ਉਹ ਸਾਰੀ ਵਾਪਸ ਉਸ ਤੋਂ ਬਾਅਦ ਮੋਬਾਈਲ ਲੈ ਸਕਦੀ ਲੱਕੜੀ ਮਾਰੀ ਥਾ ਤਰਸੇ ਮੋਬਾਈਲ ਲੈ ਜਾ ਸਕੋ।